ਮੰਤਰੀ ਸਵਾਗਤ ਕਰਦਾ, ਹਰਵਰਜੀਤ ਬਿੱਟੂ ਵਿਰੋਧ ਕਰਦਾ। ਮਾਵਾਂ ਧੀਆਂ ਮੇਲਣਾ, ਪਿਓ ਪੁੱਤ ਜਾਂਜੀ, ਉਹਨੂੰ ਕੋਈ ਇਕੱਠੇ ਤਾਂ ਹੋ ਜਾਓ। ਇਹ ਤਾਂ ਨਹੀਂ ਵੀ ਨਾਨੀ ਖਸਮ ਕਰੇ, ਪੰਜਾਬੀ ਦੀ ਕਹਾਵਤ ਆ, ਦੋਤਾ ਚੱਟੀ ਭਰੇ, ਗੱਲਾਂ ਉਹ ਕਰੇ, ਜਵਾਬ ਬੈਂਸ ਦੇ, ਵੀ ਜਵਾਬ ਵੀ ਉਹੀ ਦੇਵੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ 'ਚ ਫਾਂਸੀ ਦੀ ਸਜ਼ਾ ਭੁਗਤ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਬਾਰੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਸੁਣਾਇਆ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰ ਦਿੱਤਾ, ਜਿਸ ਤੋਂ ਬਾਅਦ ਮਾਮਲੇ 'ਤੇ ਸਿਆਸਤ ਨੇ ਵੀ ਇੱਕ ਵਾਰ ਫਿਰ ਤੋਂ ਜ਼ੋਰ ਫੜ ਲਿਆ। ਇੱਕ ਪਾਸੇ ਜਿੱਥੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ, ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਪੋਸਟ ਪਾ ਕੇ ਕੇਂਦਰ ਦੀ ਮੋਦੀ ਸਰਕਾਰ ਦਾ ਸਜ਼ਾ ਮੁਆਫ਼ੀ ਲਈ ਧੰਨਵਾਦ ਕੀਤਾ। ਉੱਧਰ ਕਾਂਗਰਸੀ ਆਗੂਆਂ ਵਿਚਾਲੇ ਭਾਈ ਰਾਜੋਆਣਾ ਦੀ ਸਜ਼ਾ ਮੁਆਫ਼ੀ ਲੈ ਕੇ ਸੁਣਾਈ ਦੇ ਰਹੇ ਵੱਖੋ ਵੱਖਰੇ ਸੁਰਾਂ 'ਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਚੂੰਡੀ ਭਰੀ ਏ। ਬਲਵਿੰਦਰ ਸਿੰਘ ਬੈਂਸ ਨੇ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਤਬਦੀਲ ਕਰਨ ਨੂੰ ਲੈ ਕੇ ਖੁਦ ਹੀ ਦੋਫਾੜੇ ਅਤੇ ਰਵਨੀਤ ਬਿੱਟੂ ਅਤੇ ਮੁੱਖ ਮੰਤਰੀ ਵੱਖੋ ਵੱਖਰੇ ਸੁਰ ਅਲਾਪ ਰਹੇ ਨੇ। ਸਰ ਬੈਸਾ, ਇੱਕ ਰਾਜੋਆਣਾ ਜੀ ਦੀ ਜਿਹੜੀ ਫਾਂਸੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ, ਇਸ ਚੀਜ਼ ਨੂੰ ਲੈ ਕੇ ਬੜਾ ਵਿਵਾਦ ਮੱਚਿਆ ਹੋਇਆ ਵਾ, ਔਰ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਇਹ ਚੀਜ਼ ਬਿਲਕੁਲ ਗਲਤ ਹੋ ਰਹੀ ਹੈ, ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ। ਮੁੱਖ ਮੰਤਰੀ ਸਵਾਗਤ ਕਰਦਾ, ਹਰਵਰਜੀਤ ਬਿੱਟੂ ਵਿਰੋਧ ਕਰਦਾ, ਕਿੱਥੇ ਖੜੋਗੇ? ਮਾਵਾਂ ਧੀਆਂ ਮੇਲਣਾ, ਪਿਓ ਪੁੱਤ ਜਾਂਜੀ, ਉਹਨੂੰ ਕੋਈ ਇਕੱਠੇ ਤਾਂ ਹੋ ਜਾਓ। ਦੋ ਬੰਦੇ ਤਾਂ ਇਕੱਠੇ ਹੋ ਜਾਓ, ਪਾਰਲੀਮੈਂਟ ਦਾ ਮੈਂਬਰ ਆ ਅਤੇ ਮੁੱਖ ਮੰਤਰੀ ਆ, ਦੋਨੇ ਅੱਡ ਅੱਡ ਭਾਸ਼ਾ ਬੋਲਦੇ ਆ। ਮੁੱਖ ਮੰਤਰੀ ਦਾ ਧੰਨਵਾਦ ਕਰੀ ਜਾਂਦਾ, ਸਵਾਗਤ ਕਰਦਾ ਬੀਜੇਪੀ ਦੇ ਪ੍ਰਧਾਨ ਮੰਤਰੀ ਦੇ ਫੈਸਲੇ ਦਾ, ਅਤੇ ਮੈਂਬਰ ਪਾਰਲੀਮੈਂਟ ਵਿਰੋਧ ਕਰਦਾ। ਇਹ ਤਾਂ ਹੁਣ ਉਹਨਾਂ ਨੂੰ ਪੁੱਛੋ ਵੀ ਤੁਸੀਂ ਦੋ ਬੰਦੇ ਹੋ, ਘੱਟੋ ਘੱਟ ਦੋ ਤਾਂ ਇੱਕ ਭਾਸ਼ਾ 'ਤੇ ਆ ਜਾਓ। ਤੁਸੀਂ ਕਿਸ ਤਰ੍ਹਾਂ ਦੇਖਦੇ ਸੀ? ਮੈਂ ਤਾਂ ਜੀ ਕੌਮ ਦਾ ਕੂਕਰ ਹਾਂ, ਜਿਹੜਾ ਫੈਸਲਾ ਕੌਮ ਦੇ ਹੱਕ 'ਚ ਹੋਊ ਮੈਂ ਉਹਦੇ ਹੱਕ 'ਚ, ਜਿਹੜਾ ਫੈਸਲਾ ਕੌਮ ਦੇ ਹੱਕ 'ਚ ਹੋਊਗਾ ਬਹਿਸ ਉਹਦੇ ਹੱਕ 'ਚ ਆ। ਪਰ ਮੈਂ ਉਹਨਾਂ ਨੂੰ ਵੀ ਕਹਿੰਦਾ ਵੀ ਦੋ ਬੰਦੇ, ਦੋਨੇ ਅੱਡ ਅੱਡ ਸਟੇਟਮੈਂਟ, ਪਾਰਟੀ ਇੱਕ, ਜਿਨ ਕਾਂਗਰਸ 'ਚ ਕੀ ਆ, ਜਿੰਨੇ ਬੰਦੇ ਉਨੇ ਹੀ ਧੜੇ। ਹਿਮਾਇਤ 'ਚੋਂ ਜਾਂ ਮੈਂ ਕਹਿੰਦਾ ਜੀ ਮੈਂ ਤਾਂ ਪੰਜਾਬ ਦੀ ਹਿਮਾਇਤ 'ਚ ਹਾਂ। ਤੁਹਾਨੂੰ ਕੀ ਲੱਗਦਾ ਕਿ ਜਿਹੜੀ ਉਹਨਾਂ ਦੀ ਕਨਵਰਟ ਕੀਤੀ ਹੈ ਸਹੀ ਕੀਤਾ ਜਾ ਰਿਹਾ? ਮੈਂ ਤੁਹਾਨੂੰ ਫਿਰ ਬੇਨਤੀ ਕਰਾਂ ਜੀ, ਮੈਂ ਪੰਜਾਬ ਅਤੇ ਪੰਜਾਬੀਆਂ ਦੇ ਹੱਕ 'ਚ ਹਾਂ। ਬਹੁਤ ਦੇਰ ਬਾਅਦ ਅਸੀਂ ਉਹ ਕੌਮ ਹਾਂ ਜਿਨ੍ਹਾਂ ਨੇ ਲੰਬਾ ਸਮਾਂ 84 ਤੋਂ ਲੈ ਕੇ ਅੱਜ ਤੱਕ ਸੰਤਾਪ ਭੋਗਿਆ, ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਸਿੱਖ ਪਰਿਵਾਰਾਂ ਦੇ ਮੈਂਬਰਾਂ ਦੀ, ਉਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ, ਰਿਲੀਜ਼ ਹੀ ਨਹੀਂ ਕੀਤਾ। ਅਤੇ ਜੇ ਰਿਲੀਜ਼ ਕਰਨ ਲੱਗੇ ਆ, ਬਈ ਮੈਂ ਤਾਂ ਇਸ ਹੱਕ 'ਚ ਹਾਂ ਕਿ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਰਿਲੀਜ਼ ਕਰ ਦੇਣਾ ਚਾਹੀਦਾ। ਬਹੁਤ ਸਾਰੇ ਬੰਦੇ ਲੁਧਿਆਣੇ ਜੇਲ੍ਹ 'ਚ ਵੀ ਹੈਗੇ ਆ, ਇੱਦਾਂ ਦੇ ਬੰਦੇ ਵੀ ਮੈਂ ਦੇਖੇ ਆ ਜਿਨ੍ਹਾਂ ਦੀ ਮੇਰਾ ਖਿਆਲ ਸਜ਼ਾ ਸੀ 10 ਸਾਲ ਦੀ, ਅਤੇ ਉਹਨਾਂ ਨੂੰ 15-15 ਸਾਲ ਹੋ ਗਏ ਜੇਲ੍ਹ ਬੈਠਿਆਂ ਨੂੰ। ਕੌਣ ਕੋਈ ਪੁੱਛਦਾ ਹੀ ਨਹੀਂ ਕਿੱਥੇ ਰਾਜ ਆ, ਜੰਗਲ ਰਾਜ ਹੋਇਆ ਖੜਾ, ਛੱਡ ਦੇਣਾ ਚਾਹੀਦਾ। ਮੈਂ ਤੁਹਾਨੂੰ ਫਿਰ ਬੇਨਤੀ ਕਰਾਂ, ਜਿਹੜੀ ਗੱਲ ਬਿੱਟੂ ਕਹਿੰਦਾ ਉਹਦਾ ਜਵਾਬ ਵੀ ਬਿੱਟੂ ਨੂੰ ਦੇਣਾ ਚਾਹੀਦਾ। ਇਹ ਤਾਂ ਨਹੀਂ ਵੀ ਨਾਨੀ ਖਸਮ ਕਰੇ, ਪੰਜਾਬੀ ਦੀ ਕਹਾਵਤ ਆ, ਦੋਤਾ ਚੱਟੀ ਭਰੇ, ਗੱਲਾਂ ਉਹ ਕਰੇ, ਜਵਾਬ ਬੈਂਸ ਦੇ, ਵੀ ਜਵਾਬ ਵੀ ਉਹੀ ਦੇਵੇ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਦੇਸ਼ ਦੀਆਂ ਵੱਖੋ ਵੱਖ ਜੇਲ੍ਹਾਂ ਅੰਦਰ ਬੰਦ ਕੈਦੀਆਂ ਦੀ ਸਜ਼ਾ ਵਿੱਚ ਮਨੁੱਖੀ ਆਧਾਰ 'ਤੇ ਵਿਸ਼ੇਸ਼ ਛੋਟ ਦੇਣ ਦਾ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਕੁੱਲ 8 ਕੈਦੀ ਰਿਹਾਅ ਕੀਤੇ ਜਾ ਰਹੇ ਨੇ। ਜਦਕਿ ਇਹਨਾਂ 'ਚੋਂ ਇੱਕ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ
ਉਮਰ ਕੈਦ ਵਿੱਚ ਬਦਲੇ ਜਾਣ ਦਾ ਫੈਸਲਾ ਸੁਣਾਇਆ ਗਿਆ। ਦੱਸ ਦਈਏ ਕਿ ਭਾਈ ਰਾਜੋਣਾ 1995 ਵਿੱਚ ਹੋਏ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ 'ਚ ਜੇਲ੍ਹ 'ਚ ਬੰਦ ਨੇ, ਜਿਸ ਕਾਰਨ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਲੁਧਿਆਣਾ ਤੋਂ ਲਖਵਿੰਦਰ ਸਿੰਘ, ਪੰਜਾਬੀ ਲੋਕ ਚੈਨਲ।